ਸਤਿ ਸ਼੍ਰੀ ਅਕਾਲ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਤੁਸੀਂ ਦੇਖ ਰਹੇ ਹੋ ਸਾਡਾ ਇਹ ਖਾਸ ਪ੍ਰੋਗਰਾਮ ਖਬਰ ਪੜਤਾਲ ਸੋ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਡੱਲਾ ਜੀ ਦਾ ਸਵਾਗਤ ਕਰਦੇ ਹਾਂ ਤੇ ਫਿਰ ਖਬਰਾਂ ਦੀ ਪੜਤਾਲ ਦੇ ਵੱਲ ਵਧਦੇ ਹਾਂ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਮਨਜੀਤ ਜੀ ਤੁਹਾਡਾ ਵੀ ਔਰ ਦੁਨੀਆ ਪਰ ਦੇ ਪੰਜਾਬੀਆਂ ਦਾ ਹੀ ਬਹੁਤ ਧੰਨਵਾਦ ਬਹੁਤ ਵੱਡੀ ਗਿਣਤੀ 'ਚ ਪੰਜਾਬੀ ਇਸ ਪ੍ਰੋਗਰਾਮ ਨਾਲ ਜੁੜਦੇ ਨੇ ਸੋ ਸਾਰਿਆਂ ਦਾ ਬਹੁਤ ਧੰਨਵਾਦ ਡੱਲਾ ਜੀ ਕੱਲ ਦੀਵਾਲੀ ਦਾ ਤਿਹਾਰ ਲੰਘ ਕੇ ਗਿਆ ਜਿੱਥੇ ਲੱਖਾਂ ਲੋਕਾਂ ਨੇ ਦੀਵਾਲੀ ਮਨਾਈ ਐ ਸੋ ਵਿੱਚ ਕੁਝ ਅਜਿਹੇ ਪਰਿਵਾਰ ਵੀ ਸੀ ਜਿਨ੍ਹਾਂ ਨੇ ਦੀਵਾਲੀ ਦਾ ਤਿਉਹਾਰ ਨਹੀਂ ਮਨਾਇਆ ਤੇ ਦੋ ਸਿੱਧੂ ਨੇ ਜਿਹੜੇ ਉਹ ਵੀ ਕੱਲ ਦੇ ਦਿਨ ਕਾਫੀ ਚਰਚਾ ਦੇ ਵਿੱਚ ਰਹੇ ਨੇ ਇੱਕ ਤਾਂ ਨਵਜੋਤ ਸਿੰਘ ਸਿੱਧੂ ਤੇ ਦੂਸਰੇ ਸਿੱਧੂ ਮੂਸੇਵਾਲਾ ਸੋ ਡਲਾਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਜਿਹੜੇ ਦੀਵਾਲੀ ਜਿਹੜੇ ਪਰਿਵਾਰਾਂ ਨੇ ਨਹੀਂ ਮਨਾਈ ਉਹ ਕਿਹੜੇ ਪਰਿਵਾਰ ਸੀ ਦੇਖੋ ਸਭ ਤੋਂ ਪਹਿਲਾਂ ਤਾਂ ਸੋਚਣ ਵਾਲੀ ਗੱਲ ਹੈ ਮਨਦੀਪ ਜੀ ਕਿ ਵੱਡੀ ਗਿਣਤੀ ਲੋਕ ਸੀ ਜਿਨ੍ਹਾਂ ਨੇ ਕੱਲ ਦੀਵਾਲੀ ਨਹੀਂ ਮਨਾਈ ਉਹਨਾਂ ਨੇ ਦੀਵਾਲੀ ਕਿਉਂ ਨਹੀਂ ਮਨਾਈ ਉਹਨਾਂ ਨੇ ਦੀਵਾਲੀ ਇਸ ਕਰਕੇ ਨਹੀਂ ਮਨਾਈ ਕਿ ਇੱਕ ਤਾਂ ਸਰਕਾਰੀ ਲਾਰੇ ਔਰ ਇੱਕ ਉਹਨਾਂ ਦੇ ਪਰਿਵਾਰਾਂ ਤੇ ਮੁਸੀਬਤਾਂ ਤੀਸਰਾ ਬਹੁਤ ਸਾਰੇ ਲੋਕ ਨੇ ਜਿਹੜੇ ਮਹਿੰਗਾਈ ਤੋਂ ਬਹੁਤ ਔਖੇ ਨੇ ਦੇਖੋ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਜਿਹੜੇ ਸਿਆਸੀ ਲੀਡਰ ਨੇ ਉਹਨਾਂ ਨੂੰ ਸਰਕਾਰੀ ਘਰ ਵੀ ਸਰਕਾਰੀ ਸੁਰੱਖਿਆ ਵੀ ਮੁਲਾਜ਼ਮ ਵੀ ਕੋਠੀਆਂ ਵੀ ਤੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਜਿਨ੍ਹਾਂ ਕੋਲੇ ਆਪਣੇ ਮਕਾਨ ਨਹੀਂ ਆਪਣੇ ਘਰ ਨਹੀਂ ਉਹਨਾਂ ਦੀ ਕਾਦੀ ਦੀਵਾਲੀ ਦੀਵਾਲੀ ਦਾ ਤਿਉਹਾਰ ਸੀ ਬੰਦੀ ਛੋੜ ਦਿਵਸ ਦਾ ਤਿਉਹਾਰ ਸੀ ਠੀਕ ਹੈ ਪੁਰਾਣੇ ਸਮਿਆਂ ਦੀਆਂ ਪਰੰਪਰਾਵਾਂ ਨੇ ਉਹਨਾਂ ਕਰਕੇ ਹਰ ਕਿਸੇ ਨੇ ਇਹ ਤਿਉਹਾਰ ਨੂੰ ਅਗਰ ਖੁਸ਼ੀਆਂ ਨਾਲ ਖਰੀਦਦਾਰੀਆਂ ਕਰਕੇ ਨਹੀਂ ਮਨਾਇਆ ਅਗਰ ਸਾਰਿਆਂ ਨੇ ਧਾਰਮਿਕ ਤੌਰ ਤੇ ਤਾਂ ਸਾਰਿਆਂ ਨੇ ਮਨਾਇਆ ਪਾਠ ਪੂਜਾ ਤਾਂ ਸਭ ਨੇ ਕੀਤੀ ਹੈ ਲੋਕਾਂ ਨੇ ਮੰਦਰਾਂ ਚ ਗੁਰਦੁਆਰਾ ਸਹਬਾਨਾਂ ਚ ਜਾ ਕੇ ਮੱਥੇ ਟੇਕੇ ਨੇ ਉਹ ਗੱਲ ਵੱਖਰੀ ਹੈ ਕਿ ਹਰ ਕਿਸੇ ਨੇ ਕੱਪੜੇ ਨਹੀਂ ਖਰੀਦੇ ਨਵੇਂ ਬਹੁਤ ਸਾਰੇ ਲੋਕ ਨੇ ਜਿਹੜੇ ਕੱਪੜੇ ਖਰੀਦਣ ਦੀ ਸਥਿਤੀ ਚ ਨਹੀਂ ਰਹੇ ਬਾਜ਼ਾਰ ਚ ਮਹਿੰਗਾਈ ਦੇਖ ਲੋ ਮੋਦੀ ਸਾਹਿਬ ਦੇ ਰਾਜ ਦੇ ਵਿੱਚ ਵੀ ਮਹਿੰਗਾਈ ਨੇ ਰਿਕਾਰਡ ਤੋੜ ਤੇ ਪਹਿਲਾਂ ਸਿਰਫ ਮਨਮੋਹਨ ਸਿੰਘ ਉਹਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਸੀ ਕਿ ਮਨਮੋਹਨ ਸਿੰਘ ਦੇ ਰਾਜ ਚ ਮਹਿੰਗਾਈ ਹੋ ਗਈ ਸੋ ਮਹਿੰਗਾਈ ਦਾ ਸਭ ਤੋਂ ਵੱਡਾ ਅਸਰ ਹੈ ਜਿਹੜਾ ਸਾਡੇ ਮੱਧ ਵਰਗ ਤੇ ਪਿਆ ਗਰੀਬ ਲੋਕਾਂ ਤੇ ਪਿਆ ਮਜ਼ਦੂਰਾਂ ਤੇ ਪਿਆ ਖੇਤ ਮਜ਼ਦੂਰਾਂ ਤੇ ਦਿਹਾੜੀਦਾਰ ਮਜ਼ਦੂਰਾਂ ਤੇ ਸੋ ਮੈਂ ਦੇਖਿਆ ਬਹੁਤ ਸਾਰੇ ਲੋਕ ਕੱਲ ਦਿਵਾਲੀ ਦੇ ਦਿਨ ਵੀ ਦਿਹਾੜੀ ਲਾਉਣ ਨੂੰ ਮਜਬੂਰ ਹੋਏ ਸੋ ਤਿਉਹਾਰ ਦੇ ਮੌਕੇ ਤੇ ਵੀ ਅਗਰ ਮਜ਼ਦੂਰ ਦਿਹਾੜੀਆਂ ਦਿਹਾੜੀਆਂ ਲਾਉਣ ਨੂੰ ਮਜਬੂਰ ਨੇ ਤੇ ਫੇਰ ਜਿਹੜੀਆਂ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਨੇ ਔਰ ਸਿਆਸਤ ਵੀ ਹੁੰਦੀ ਆ ਮੁਫਤ ਦੀਆਂ ਰਿਓੜੀਆਂ ਤੇ ਕੁਝ ਲੋਕ ਕਹਿੰਦੇ ਮੁਫਤ ਦੀਆਂ ਰਿਓੜੀਆਂ ਬੰਦ ਹੋਣੀਆਂ ਚਾਹੀਦੀਆਂ ਨੇ ਕਈ ਕਹਿੰਦੇ ਮੁਫਤ ਦੀਆਂ ਰਿਓੜੀਆਂ ਬੰਦ ਕਿਉਂ ਹੋ ਰਹੀਆਂ ਨੇ ਜਦਕਿ ਮਿਲਦੀਆਂ ਇਹ ਕੁਝ ਕ ਲੋਕਾਂ ਨੂੰ ਨੇ ਹੁਣ ਜਿਹੜੀ ਗੱਲ ਮੈਂ ਅੱਗੇ ਵਧਾਉਣਾ ਸਿੱਧੂ ਮੂਸੇ ਵਾਲੇ ਦੇ ਸਮਰਥਕਾਂ ਨੇ ਵੱਡੀ ਗਿਣਤੀ ਦੇ ਵਿੱਚ ਪੰਜਾਬ 'ਚ ਦੀਵਾਲੀ ਨਹੀਂ ਮਨਾਈ ਨਾ ਹੀ ਸਿੱਧੂ ਮੂਸੇ ਵਾਲੇ ਦੇ ਘਰ ਦੀਵਾਲੀ ਮਨਾਈ ਗਈ ਹਾਲਾਂਕਿ ਕੁਝ ਕ ਦੀਵਾਲੀਆਂ ਸਿੱਧੂ ਮੂਸੇ ਵਾਲੇ ਨੇ ਬਹੁਤ ਚੰਗੇ ਤਰੀਕੇ ਨਾਲ ਮਨਾਈਆਂ ਪਤਾ ਲੱਗਿਆ ਕਿ ਆਪਣੀ ਹیثیت ਦੇ ਹਿਸਾਬ ਦੇ ਨਾਲ ਸਿੱਧੂ ਮੂਸੇ ਵਾਲਾ ਕਈ ਲੋਕਾਂ ਦੀ ਮਦਦ ਵੀ ਕਰਦਾ ਰਿਹਾ ਦੀਵਾਲੀ ਦੇ ਸਮੇਂ ਪਰ ਹੁਣ ਜਿਹੜੀਆਂ ਸਥਿਤੀਆਂ ਨੇ ਉਹਨਾਂ ਦੇ ਪਰਿਵਾਰ ਨੇ ਕੱਲ ਬਹੁਤ ਦੁਖੀ ਮਨ ਦੇ ਨਾਲ ਪੁਰਾਣੇ ਦਿਨ ਸਿੱਧੂ ਮੂਸੇਵਾਲੇ ਦੇ ਜਿਉਂਦੇ ਜਾਗਦੇਆਂ ਦੇ ਵੇਲੇ ਦੇ ਯਾਦ ਕੀਤੇ ਹਾਲਾਂਕਿ ਉਹਨਾਂ ਨੇ ਰੱਬ ਦਾ ਓਟ ਆਸਰਾ ਜ਼ਰੂਰ ਲਿਆ ਇੱਕ ਵਾਰ ਫੇਰ ਸਿੱਧੂ ਮੂਸੇਵਾਲਾ ਸਾਰਾ ਦਿਨ ਪਰਿਵਾਰ ਦੀਆਂ ਔਰ ਉਹਦੇ ਚਾਹਣ ਵਾਲਿਆਂ ਦੀਆਂ ਅੱਖਾਂ ਦੇ ਵਿੱਚ ਕਲ ਘੁੰਮਦਾ ਰਿਹਾ ਕਿ ਜੇ ਸਿੱਧੂ ਮੂਸੇਵਾਲਾ ਹੁੰਦਾ ਤੇ ਫਿਰ ਇੰਜ ਦੀਵਾਲੀ ਮਨਾਉਂਦਾ ਔਰ ਦੂਸਰਾ ਨਵਜੋਤ ਸਿੰਘ ਸਿੱਧੂ ਦਾ ਪਰਿਵਾਰ ਉੰਜ ਤਾਂ ਬਹੁਤ ਸਾਰੇ ਸਾਡੇ ਕੈਦੀ ਨੇ ਜਿਨ੍ਹਾਂ ਦੇ ਸਾਰਿਆਂ ਦੇ ਪਰਿਵਾਰਾਂ ਨੇ ਆਪਣੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਯਾਦ ਕੀਤਾ ਕਈਆਂ ਨੇ ਇਸ ਖਾਸ ਮੌਕੇ ਤੇ ਸਰਕਾਰ ਨੇ ਸਮੇਂ-ਸਮੇਂ ਤੇ ਜਿਹੜੇ ਪ੍ਰਬੰਧ ਕੀਤੇ ਸੀ ਆਪਣੇ ਕੈਦੀ ਪਰਿਵਾਰਕ ਮੈਂਬਰਾਂ ਨਾਲ ਪਹਿਲਾ ਮੁਲਾਕਾਤਾਂ ਵੀ ਕੀਤੀਆਂ ਨਵਜੋਤ ਸਿੰਘ ਸਿੱਧੂ ਕਿਉਂਕਿ ਸਿਆਸਤ ਚ ਇੱਕ ਬਹੁਤ ਵੱਡਾ ਬਦਲਾਅ ਲਿਆਉਣ ਲਈ ਯਤਨਸ਼ੀਲ ਰਿਹਾ ਹੈ। ਔਰ ਜਿਹੜੀ ਅੱਜ ਵੀ ਗੱਲ ਹੁੰਦੀ ਹੈ। ਰੇਤਾ ਵੇਚ ਕੇ ਗੁਜ਼ਾਰਾ ਕਰਨ ਵਾਲੇ ਬੇਰੁਜ਼ਗਾਰ ਰਹਿ ਗਏ, ਦਿਹਾੜੀਆਂ ਲਾਉਣ ਨੂੰ ਮਜਬੂਰ ਰਹੇ। ਪਰ ਰੇਤੇ ਦੀ ਸਥਿਤੀ ਦੇਖੋ। ਰੇਤਾ ਜਿੱਦਾਂ ਮਹਿੰਗਾ ਹੋ ਗਿਆ, ਮਜ਼ਦੂਰਾਂ ਦਾ, ਮਿਸਤਰੀਆਂ ਦਾ ਕਾਰੋਬਾਰ ਪੰਜਾਬ 'ਚ ਬੰਦ ਹੈ ਬਹੁਤੇ ਵੱਡੇ ਪੱਧਰ ਤੇ। ਸਰਕਾਰੀ ਕੰਮ ਵੀ ਕਈ ਥਾਈਂ ਰੇਤੇ ਦੇ ਮਹਿੰਗਾਈ ਕਰਕੇ ਬੰਦ ਪਏ ਨੇ। ਹੁਣ ਜੇ ਨਵਜੋਤ ਸਿੰਘ ਸਿੱਧੂ ਜਿਵੇਂ ਦੀ ਗੱਲ ਕਰਦਾ ਸੀ ਅਗਰ ਸਰਕਾਰਾਂ ਨੇ ਉਹ ਗੱਲਾਂ ਮੰਨੀਆਂ ਹੁੰਦੀਆਂ ਤੇ ਅੱਜ ਰੇਤੇ ਦੀ ਪਾਲਿਸੀ ਤੇ ਭਗਵੰਤ ਮਾਨ ਉਹਨਾਂ ਨੂੰ ਵੀ ਇਹਨਾਂ ਸਥਿਤੀਆਂ ਦਾ ਸਾਹਮਣਾ ਨਹੀਂ ਸੀ ਕਰਨਾ ਪੈਣਾ ਮਨਦੀਪ ਜੀ ਅੱਜ ਸਥਿਤੀ ਇਹ ਹੈ ਕਿ ਭਗਵੰਤ ਮਾਨ ਇੱਕ ਇਮਾਨਦਾਰ ਸਰਕਾਰ ਦੀ ਅਗਵਾਈ ਕਰ ਰਿਹਾ ਹੈ ਰੇਤ ਮਾਫੀਆ ਕੰਟਰੋਲ ਕਰ ਲਿਆ ਲੇਕਿਨ ਰੇਤਾ ਕੰਟਰੋਲ ਨਹੀਂ ਕਰ ਸਕੇ ਭਗਵੰਤ ਮਾਨ ਵੀ ਅੱਜ ਰੇਤੇ ਦੀ ਉਪਲਬਧਤਾ ਨਹੀਂ ਹੈ ਜੇ ਰੇਤਾ ਉਪਲਬਧ ਹੈ ਤੇ ਉਹ ਇੰਨਾ ਜ਼ਿਆਦਾ ਮਹਿੰਗਾ ਹੈ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਰੇਤੇ ਦੇ ਮੁੱਲ ਤੇ ਜ਼ਿਆਦਾ ਬੋਲਣ ਤੋਂ ਸੰਘ ਦੀ ਐ ਸੋ ਇਸ ਕਰਕੇ ਜਿਹੜੇ ਲੋਕ ਮਜ਼ਦੂਰ ਦਿਹਾੜੀਦਾਰ ਟਰਾਲੀਆਂ ਵਾਲੇ ਗੱਡਿਆਂ ਵਾਲੇ ਰੇੜਿਆਂ ਵਾਲੇ ਮਜ਼ਦੂਰ ਬੱਠਲ ਚੱਕਣ ਵਾਲੇ ਰੇਤੇ ਦੇ ਘਰ ਬਣਾਉਣ ਵਾਲੇ ਮਿਸਤਰੀ ਇਹ ਸਾਰਿਆਂ ਦੀ ਦਿਵਾਲੀ ਫਿੱਕੀ ਰਹੀ ਔਰ ਇਹਦੇ ਪਿੱਛੇ ਕਿਤੇ ਨਾ ਕਿਤੇ ਫੇਰ ਨਵਜੋਤ ਸਿੰਘ ਸਿੱਧੂ ਯਾਦ ਆਇਆ ਕਿਉਂਕਿ ਜਦੋਂ ਨਵਜੋਤ ਸਿੰਘ ਸਿੱਧੂ ਨੇ ਭਗਵੰਤ ਮਾਨ ਦੀ ਸਰਕਾਰ ਬਣਨ ਤੋਂ ਬਾਅਦ ਰੇਤੇ ਦਾ ਮੁੱਦਾ ਚੱਕਿਆ ਉਦੋਂ ਵੀ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਬਹੁਤ ਵਿਰੋਧ ਕੀਤਾ ਕਹਿੰਦੇ ਸਾਨੂੰ ਕੁਝ ਸਮਾਂ ਦੇ ਦਿਓ ਕਹਿੰਦੇ ਨਵਜੋਤ ਸਿੰਘ ਸਿੱਧੂ ਜੀ ਸਿਆਸਤ ਨਾ ਕਰੋ ਤੇ ਹੁਣ ਤਾਂ ਸਾਢੇ 7 ਮਹੀਨੇ ਪਾਰ ਹੋ ਗਏ ਮੈਂ ਉਹੀ ਗੱਲ ਪਹਿਲਾਂ ਕੀਤੀ ਹੈ ਨਵਜੋਤ ਸਿੰਘ ਸਿੱਧੂ ਜਿਸ ਬਦਲਾਅ ਲਈ ਸੰਘਰਸ਼ ਕਰ ਰਿਹਾ ਸੀ ਉਸ ਬਦਲਾਅ ਤੋਂ ਬਾਅਦ ਸਰਕਾਰ ਵੀ ਨਵੀਂ ਆ ਗਈ ਇਸ ਸਰਕਾਰ ਦੇ ਦਿਨ ਵੀ ਬਦਲ ਗਏ ਜਿਵੇਂ ਭਾਰਤੀ ਜਨਤਾ ਪਾਰਟੀ ਦੀ ਗਵਾਈ ਚ ਨਰਿੰਦਰ ਮੋਦੀ ਜੀ ਦੀ ਸਰਕਾਰ ਦੇ ਅੱਛੇ ਦਿਨ ਆਏ ਸੀ। ਬੀਜੇਪੀ ਦੇ ਸਾਰੇ ਮੰਤਰੀਆਂ ਨੂੰ ਸੋਹਣੇ-ਸੋਹਣੇ ਘਰ ਮਿਲ ਗਏ, ਦਿੱਲੀ ਫਲੈਟ ਮਿਲ ਗਏ, ਅੱਛੇ ਦਿਨ ਆ ਗਏ। ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਵੀ ਚੰਡੀਗੜ੍ਹ ਚ ਕੋਠੀਆਂ ਮਿਲ ਗਈਆਂ, ਵੱਡੀਆਂ-ਵੱਡੀਆਂ ਪਾਰਕ ਬਣੇ ਨੇ ਮਾਲੀ ਨਾਲ, ਰੱਖ-ਰਖਾਅ ਵਾਲੇ ਨਾਲ ਤੇ ਆਮ ਲੋਕਾਂ ਨੂੰ ਅੱਜ ਵੀ ਰੇਤਾ ਨਹੀਂ ਮਿਲ ਰਿਹਾ ਤੇ ਜੇ ਮਿਲ ਰਿਹਾ ਤੇ ਬਹੁਤ ਮਹਿੰਗਾ ਮਿਲ ਰਿਹਾ। ਸੋ ਨਵਜੋਤ ਸਿੰਘ ਸਿੱਧੂ ਇਸ ਕਰਕੇ ਯਾਦ ਆਇਆ ਕਿ ਸੱਚਮੁੱਚ ਪੰਜਾਬ ਨੂੰ ਅਜਿਹੇ ਲੀਡਰ ਦੀ ਲੋੜ ਹੈ ਜਿਹੜਾ ਅਜਈਆਂ ਪਾਲিসੀਆਂ ਬਣਾ ਕੇ ਉਹਨਾਂ ਨੂੰ ਲਾਗੂ ਕਰਨ ਦੀ ਸਮਰੱਥਾ ਰੱਖਦਾ ਹੋਵੇ ਸਿਰਫ ਭਾਸ਼ਣਾ ਦੇ ਵਿੱਚ ਜਿਹੜੀਆਂ ਪਾਲিসੀਆਂ ਦੇ ਜ਼ਿਕਰ ਹੁੰਦੇ ਨੇ ਉਹਨਾਂ ਦੇ ਨਾਲ ਪੰਜਾਬ ਦਾ ਕੁਝ ਨਹੀਂ ਸਵਰਨਾ ਠੀਕ ਹੈ ਜੀਐਸਟੀ ਦੀ ਕਲੈਕਸ਼ਨ ਵਧ ਗਈ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਦਾਵਾ ਕਰਦੀ ਆ ਉਹ ਇਸ ਕਰਕੇ ਵਧ ਗਈ ਕਿਉਂਕਿ ਕੋਵਿਡ ਕਾਲ ਪਿਛਲੇ 2-3 ਸਾਲ ਅਸੀਂ ਦੇਖਿਆ ਉਹਨਾਂ ਦਿਨਾਂ ਚ ਕਾਰੋਬਾਰ ਬਹੁਤ ਕਟੇ ਤੇ ਜਦੋਂ ਕਾਰੋਬਾਰ ਨਵੇਂ ਸਿਰਿਆਂੋਂ ਸ਼ੁਰੂ ਹੋਏ ਤੇ ਫਿਰ GST ਦੀ ਕਲੈਕਸ਼ਨ ਵਧਣੀ ਸੁਭਾਵਿਕ ਸੀ ਔਰ ਚਰਨਜੀਤ ਚੰਨੀ ਵੀ ਮੈਂ ਨਾਲ-ਨਾਲ ਜ਼ਿਕਰ ਕਰਦਾ ਬਹੁਤ ਯਾਦ ਆਈ ਮੈਂ ਬਹੁਤ ਸਾਰੇ ਦੁਕਾਨਦਾਰਾਂ ਨੂੰ ਮਿਲਿਆ દિਵਾਲੀ ਦੇ ਇੱਕ ਦੋ ਦਿਨਾਂ ਦੇ ਵਿੱਚ ਮਨਦੀਪ ਜੀ ਕਹਿੰਦੇ દિਵਾਲੀ ਤੋਂ ਪਹਿਲਾਂ ਤਾਂ ਸਾਨੂੰ ਚਰਨਜੀਤ ਚੰਨੀ ਯਾਦ ਆ ਗਿਆ ਜਿਹੋ ਜਿਹਾ ਮਾਹੌਲ ਚਰਨਜੀਤ ਚੰਨੀ ਨੇ દિਵਾਲੀ ਤੋਂ ਪਹਿਲਾਂ ਦਿੱਤਾ ਬਾਜ਼ਾਰਾਂ 'ਚ ਭਾਵੇਂ ਫਲ ਵੇਚਣ ਵਾਲੇ ਸੀ ਸਬਜ਼ੀਆਂ ਰੇੜੀਆਂ ਵਾਲੇ ਸੀ ਭਾਵੇਂ ਪਟਾਕੇ ਵੇਚਣ ਵਾਲੇ ਸੀ ਸੋ ਕਹਿੰਦੇ ਸਾਨੂੰ ਕਿਸੇ ਮਹਿਕਮੇ ਨੇ ਦੀਵਾਲੀ ਤੋਂ ਪਹਿਲਾਂ ਤੰਗ ਨਹੀਂ ਕੀਤਾ ਸੀ ਚਰਨਜੀਤ ਚੰਨੀ ਦੇ ਰਾਜ ਤੇ ਚੰਨੀ ਦਾ ਰਾਜ ਜਾਂਦੇ ਹੀ ਇੱਕ ਵਾਰ ਮੁੜ ਤੋਂ ਕੈਪਟਨ ਮਰਿੰਦਰ ਦੇ ਰਾਜ ਵਾਲੀ ਸਖਤੀ ਨਜ਼ਰ ਆ ਗਈ ਕਿਉਂਕਿ ਕੈਪਟਨ ਮਰਿੰਦਰ ਦੇ ਰਾਜ ਦੇ ਵੀ ਮੈਨੂੰ ਯਾਦ ਹੈ ਉਦੋਂ ਵੀ ਦੁਕਾਨਦਾਰ ਬੜੇ ਔਖੇ ਸੀ ਜਿਹੜਾ ਅੱਤ ਦਾ ਟਾਈਟ ਅਫਸਰੀ ਰਾਜ ਹੈ ਉਹ ਵੀ ਕਿਤੇ ਨਾ ਕਿਤੇ ਖੁੱਲੇ ਵਪਾਰ ਨੂੰ ਮੱਦਮ ਪਾਉਂਦਾ ਕਿਉਂਕਿ ਅੱਤ ਦਾ ਅਫਸਰੀ ਰਾਜ ਹੈ ਜਿਹੜਾ ਕਈ ਵਾਰੀ ਮਨੁੱਖੀ ਸੰਵੇਦਨਾਵਾਂ ਤੋਂ ਧਿਆਨ ਆਪਣਾ ਹੋਰ ਪਾਸੇ ਕਰਕੇ ਸਿਰਫ ਮਾਲੀਆ ਇਕੱਠੇ ਕਰਨ ਵਾਲੇ ਪਾਸੇ ਕਰਦਾ ਹੈ ਹਾਲਾਂਕਿ ਚਰਨਜੀਤ ਚੰਨੀ ਦੇ ਵੇਲੇ ਵਪਾਰੀ ਦੁਕਾਨਦਾਰ ਬਹੁਤ ਜ਼ਿਆਦਾ ਖੁਸ਼ ਰਹੇ ਸੋ ਉਹਨਾਂ ਲੋਕਾਂ ਨਾਲ ਵੀ ਮੇਰੀ ਗੱਲ ਹੋਈ ਹੈ ਮੈਂ ਨਵਜੋਤ ਸਿੰਘ ਸਿੱਧੂ ਦਾ ਜ਼ਿਕਰ ਕਰਦਾ ਨਵਜੋਤ ਸਿੰਘ ਸਿੱਧੂ ਦੀ ਟੀਮ ਦੇ ਬਹੁਤ ਸਾਰੇ ਲੀਡਰਸ਼ਿਪ ਜਿਨ੍ਹਾਂ ਨੇ ਕੱਲ ਦੀਵਾਲੀ ਨਹੀਂ ਮਨਾਈ ਔਰ ਮਨਦੀਪ ਜੀ ਮੈਂ ਵੀ ਦੀਵਾਲੀ ਤੇ ਕੋਈ ਪਟਾਕਾ ਨਹੀਂ ਚਲਾਇਆ ਕੋਈ ਦੀਵਾਲੀ ਦੀਆਂ ਖੁਸ਼ੀਆਂ ਨਹੀਂ ਮਨਾਇਆ ਰੱਬ ਦਾ ਨਾਮ ਜ਼ਰੂਰ ਲਿਆ ਕਿਉਂਕਿ ਦੀਵਾਲੀ ਧਾਰਮਿਕ ਤੌਰ ਦੇ ਉੱਤੇ ਤਾਂ ਜ਼ਰੂਰ ਅਸੀਂ ਸਾਰਿਆਂ ਨੇ ਮਨਾਈ ਪਰ ਦੀਵਾਲੀ ਦੇ ਜਿਹੜੇ ਉਹ ਖੁਸ਼ੀਆਂ ਖੇੜੇ ਸੀ ਉਹ ਭੰਗੜੇ ਸੀ ਉਹ ਇੱਕ ਦੂਜੇ ਨੂੰ ਤੋਹਫੇ ਵੰਡਣ ਦੀ ਪਰੰਪਰਾ ਸੀ ਉਹ ਮੱਠੀ ਪੈ ਗਈ ਇਸ ਕਰਕੇ ਅੱਜ ਸਥਿਤੀਆਂ ਇਹ ਨੇ ਕਿ ਪਟਾਕੇ ਚਲਾਉਂਦੇ ਵੀ ਡਰ ਲੱਗਦਾ ਵੀ ਜੇ ਕਿਤੇ ਦਿੱਲੀ ਚ ਪ੍ਰਦੂਸ਼ਣ ਹੋ ਗਿਆ ਭਾਈ ਭਾਵੇਂ ਦਿੱਲੀ ਦੇ ਪਟਾਕਿਆਂ ਕਰਕੇ ਹੋਵੇ ਜ਼ਿੰਮੇਦਾਰੀ ਪੰਜਾਬ ਦੇ ਕਿਸਾਨਾਂ ਤੇ ਸੁੱਟ ਦੇਣੀ ਆ ਔਰ ਮੈਂ ਦੱਸ ਦਵਾ ਇੱਕ ਲੀਡਰ ਬੀਜੇਪੀ ਦੇ ਬੜੇ ਚਰਚਿਤ ਨੇ ਪਿਛਲੇ ਸਮਿਆਂ ਦੇ ਵਿੱਚ ਪੂਨੇ ਵਾਲਾ ਜਦੋਂ ਕੁਲਦੀਪ ਧਾਲੀਵਾਲ ਨੇ ਆਮ ਆਦਮੀ ਪਾਰਟੀ ਵਾਲੇ ਨੇ ਕਿਹਾ ਮਨਦੀਪ ਜੀ ਕਿ ਸਰਹੱਦ ਤੇ ਪਾਕਿਸਤਾਨ ਦੇ ਨਾਲ ਵਪਾਰ ਖੋਲੋ ਤੇ ਉਹ ਬੜੇ ਭੜਗੇ ਉਹ ਕਹਿੰਦੇ ਆਮ ਆਦਮੀ ਪਾਰਟੀ ਵਾਲੇ ਗद्दार ਹੈ ਇਹਨਾਂ ਨੂੰ ਵੀ ਪਾਕਿਸਤਾਨ ਨਾਲ ਪਿਆਰ ਹੈ ਕਾਂਗਰਸ ਦੀ ਤਰ੍ਹਾਂ ਤੇ ਕੱਲ ਮੈਂ ਦੇਖ ਰਿਹਾ ਸੀ ਭਾਜਪਾ ਦੇ ਕਈ ਲੀਡਰ ਟਵੀਟ ਕਰ ਕਰਕੇ ਭਾਰਤੀ ਟੀਮ ਨੂੰ ਮੁਬਾਰਕਬਾਦ ਦੇ ਰਹੇ ਸੀ ਜਿਹੜਾ ক্রিকেট ਦਾ ਵਪਾਰ ਹੈ ਉਹਦੇ 'ਚ ਭਾਰਤ ਜਿੱਤ ਗਿਆ ਖੇਡ ਤਾਂ ਹੈਗੀ ਆ ক্রিকেট ਵਪਾਰ ਵੀ ਹੈ ਕੋਈ ਮੁਫਤ 'ਚ ক্রিকেট ਦਿਖਾਉਂਦੇ ਆ ਹਾਕੀ ਵਾਲਿਆਂ ਤੇ ਟਿਕਟ ਲੱਗਦੀ ਆ ਕਦੀ ਕਿਉਂਕਿ ਉਹ ਕੌਮੀ ਖੇਡ ਹੈ ক্রিকেট ਦੀ ਟਿਕਟ ਦੇਖ ਲਓ ਕਿੰਨੀ ਮਹਿੰਗੀ ਹੈ ਤੁਸੀਂ ক্রিকেট ਮੈਚ ਦੇ ਵੀ ਰਾਈਟ ਵੇਚਦੇ ਹੋ ਇਹ ਵਪਾਰ ਹੈ ক্রিকেট ਤੇ ਜੇ ਕੁਲਦੀਪ ਧਾਲੀਵਾਲ ਨੇ ਆਮ ਆਦਮੀ ਪਾਰਟੀ ਨੇ ਨਵਜੋਤ ਸਿੰਘ ਸਿੱਧੂ ਨੇ ਸਭ ਤੋਂ ਪਹਿਲਾਂ ਪਾਕਿਸਤਾਨ ਦੇ ਨਾਲ ਸਰਹੱਦ ਤੋਂ ਵਪਾਰ ਖੋਲਣ ਦੀ ਵਕਾਲਤ ਕੀਤੀ ਹੁਣ ਸਵਾਲ ਇਹ ਹੈ ਕਿ ਦੇਸ਼ ਭਗਤ ਸਾਰੇ ਨੇ ਦੇਸ਼ ਵਿਰੋਧੀ ਤਾਂ ਕੋਈ ਵੀ ਨਹੀਂ ਤੇ ਫਿਰ ਜੇ ਪਾਕਿਸਤਾਨ ਦੇ ਨਾਲ ক্রিকেট ਖੇਡਣ ਵਾਲੇ ਦੇਸ਼ ਭਗਤ ਹੈ ਤੇ ਫਿਰ ਪਾਕਿਸਤਾਨ ਨਾਲ ਵਪਾਰ ਖੋਲਣ ਦੀ ਮੰਗ ਕਰਨ ਵਾਲੇ ਗद्दार ਕਿਵੇਂ ਹੈ ਸੋ ਭਾਜਪੀ ਦੇ ਕਈ ਬਲਾਰੇ ਨੇ ਜਿਨ੍ਹਾਂ ਨੂੰ ਨੱਥ ਪਾਣ ਦੀ ਲੋੜ ਹੈ ਮੈਂ ਅੱਗੇ ਕਹਿਣਾ ਹੁਣਾ ਭਾਜਪੀ ਪੰਜਾਬ 'ਚ ਤਾਂ ਹੀ ਨਹੀਂ ਸਰਕਾਰ ਬਣਾਉਂਦੀ ਆਹੀ ਨਹੀਂ ਬੀਜੇਪੀ ਪੰਜਾਬ ਤੇ ਜ਼ਿਆਦਾ ਜਿੱਤਦੀ ਕਿਉਂਕਿ ਬੀਜੇਪੀ ਦੇ ਕਈ ਬੁਲਾਰੇ ਇਹ ਜਿਹੇ ਨੇ ਜਿਨ੍ਹਾਂ ਨੂੰ ਪੰਜਾਬ ਦਾ ਪਾਕਿਸਤਾਨ ਦਾ ਭਾਰਤ ਦੇ ਸੱਭਿਆਚਾਰ ਦਾ ਗੂੜ ਗਿਆਨੀ ਹੈ ਨਹੀਂ ਉਹ ক্রিকেট ਦੇ ਮੈਚ ਤੇ ਚੌਕਾ ਛੱਕਾ ਦੇਖ ਕੇ ਕੋਹਲੀ ਦਾ ਤਾੜੀਆਂ ਮਾਰਨ ਜੁਗ ਗਈ ਨੇ ਕੋਈ ਇਤਰਾਜ਼ ਨਹੀਂ ਜੇ ਤੁਸੀਂ ਪਾਕਿਸਤਾਨ ਨਾਲ ক্রিকেট ਖੇਡਣਾ ਪਰ ਇਹ ਤਾਂ ਦੱਸ ਦਿਓ ਸਾਡੇ ਫੌਜੀ ਜਿਹੜੇ ਸ਼ਹੀਦ ਹੋਏ ਸੀ ਸੈਂਕੜਿਆਂ ਦੀ ਗਿਣਤੀ 'ਚ ਜਦੋਂ ਅਸੀਂ ਬਦਲਾ ਲਿਆ ਸੀ ਸਰਜਿਕਲ ਸਟ੍ਰਾਈਕ ਲਾ ਕੇ ਕਿ ਉਹਨਾਂ ਦੀ ਸ਼ਹਾਦਤ ਉਸ ਸਰਜਿਕਲ ਸਟ੍ਰਾਈਕ ਨਾਲ ਖਤਮ ਹੋ ਗਈ। ਸੋ ਫੌਜੀ ਹੁਣ ਵੀ ਸਾਡੇ ਸ਼ਹੀਦ ਹੁੰਦੇ। ਤੇ ਇਹ ਜਿਹੜੇ ਦੋ ਚਿਹਰੇ ਨੇ ਨਾ ਕਿ ਪਾਕਿਸਤਾਨ ਨਾਲ ਕ੍ਰਿਕਟ ਖੇਡੋ, ਤਾੜੀਆਂ ਮਾਰੋ ਤੇ ਪੂਰੇ ਭਾਰਤ ਨੂੰ ਕਹੋ ਵੀ ਦੀਵਾਲੀ ਤੋਂ ਪਹਿਲਾਂ ਅਸੀਂ ਜਿੱਤ ਕੇ ਜਸ਼ਨ ਮਨਾਓ ਤੇ ਅਸਲ ਮੁੱਦਿਆਂ ਤੋਂ ਧਿਆਨ ਦੂਜੇ ਪਾਸੇ। ਹਾਂ, ਕਈ ਲੋਕਾਂ ਨੇ ਦੀਵਾਲੀ 'ਚ ਧਾਰਮਿਕ ਤੌਰ ਤੇ ਮੱਥਾ ਟੇਕਣ ਤੋਂ ਇਲਾਵਾ ਤਾੜੀਆਂ ਮਾਰ ਕੇ ਜ਼ਰੂਰ ਦੀਵਾਲੀ ਮਨਾਈ ਹੋਣੀ ਹੈ। ਔਰ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਦੁੱਖ ਨਾ ਮਨਾਈ ਹੈ ਕਿਉਂਕਿ ਉਹਨਾਂ ਦੇ ਪਰਿਵਾਰਾਂ ਦੇ ਫੌਜੀ ਚਲੇ ਗਏ ਪਾਕਿਸਤਾਨ ਦੇ ਨਾਲ ਜੰਗ ਦੇ ਮੈਦਾਨ 'ਚ ਜਿਹੜੀ ਅਸਿੱਧੇ ਜੰਗ ਚੱਲਦੀ ਆ ਪਾਕਿਸਤਾਨ ਨਾਲ ਔਰ ਬਹੁਤ ਸਾਰੇ ਫੌਜੀ ਜਿਹੜੇ ਕੁਝ ਬਰੇ ਪਹਿਲਾਂ ਦੀਵਾਲੀ ਤੋਂ ਪਹਿਲਾਂ ਵੈਲੈਂਟਾਈਨਸ ਵਾਲੇ ਦਿਨ ਵਿਸਾਖੀ ਤੋਂ ਪਹਿਲਾਂ ਸ਼ਹੀਦ ਹੋਏ ਸੀ ਪੁਲਵਾਮਾ 'ਚ ਉਹਨਾਂ ਦੇ ਪਰਿਵਾਰਾਂ ਨੇ ਵੀ ਮੈਨੂੰ ਪੂਰਾ ਭਰੋਸਾ ਹੈ ਦੀਵਾਲੀ ਨਹੀਂ ਮਨਾਈ ਹੋਣੀ ਉਹ ਦੀਵਾਲੀ ਮਨਾਉਣ ਜੋਗੇ ਹੈ ਹੀ ਨਹੀਂ ਕਿਉਂਕਿ ਭਾਰਤ ਤਾਂ ਪਾਕਿਸਤਾਨ ਨਾਲ ক্রিকেট ਖੇਡ ਰਿਹਾ ਤੇ ਜੇ ਨਵਜੋਤ ਸਿੰਘ ਸਿੱਧੂ ਕਹਦੇ ਕੁਲਦੀਪ ਧਾਲੀਵਾਲ ਕਹਦੇ ਆਮ ਆਦਮੀ ਪਾਰਟੀ ਦਾ ਵੀ ਭਾਈ ਪਾਕਿਸਤਾਨ ਨਾਲ ਖੇਤੀ ਵਾਲਾ ਵਪਾਰ ਸ਼ੁਰੂ ਕਰ ਲਓ ਤੇ ਫਿਰ ਭਾਜਪਾ ਦੇ ਕਈ ਬਲਾਰੇ ਸ਼ੁਰੂ ਹੋ ਜਾਂਦੇ ਵੀ ਇਹ ਗद्दार ਨੇ ਇਹ ਦੇਸ਼ ਵਿਰੋਧੀ ਨੇ ਸੋ ਇਸ ਕਰਕੇ ਇਹ ਦੀਵਾਲੀ ਬੜੀ ਅਜੀਬੋ ਗਰੀਬ ਸਥਿਤੀ ਪੈਦਾ ਕਰਕੇ ਗਈ ਹੈ ਇਸ ਵਾਰ ਦੀ ਸੋ ਇਸ ਕਰਕੇ ਮੈਂ ਨਾ ਤਾਂ ਉਹ ক্রিকেট ਦਾ ਮੈਚ ਦੇਖਿਆ ਭਾਰਤ ਤੇ ਪਾਕਿਸਤਾਨ ਦਾ ਨਾ ਮੈਂ ਭਾਰਤ ਤੇ ਪਾਕਿਸਤਾਨ ਦੇ ক্রিকেট ਮੈਚ ਦਾ ਸਮਰਥਕ ਆ ਜਿਹੜਾ ਮੁਲਕ ਸਾਡੇ ਮੁਲਕ 'ਚ ਅਸ਼ਾਂਤੀ ਫਲਾ ਰਿਹਾ ਹੈ ਹੈਰੋਇਨ ਭੇਜ ਰਿਹਾ ਹੈ دہشت گردੀ ਨੂੰ ਵਾਅਦਾ ਦੇ ਰਿਹਾ ਮੈਂ ਉਸ ਮੁਲਕ ਨਾਲ ক্রিকেট ਮੈਚ ਕਿਉਂ ਦੇਖਾਂ ਸੋ ਮੈਂ ਨਹੀਂ ਦੇਖਦਾ ਹਾਂ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਵੀ ক্রিকেট ਮੈਚ ਦੇਖੀਏ ਫਿਰ ਪਾਕਿਸਤਾਨ ਦੇ ਨਾਲ ਵਪਾਰ ਵੀ ਖੋਲੋ ਭਾਈ ਜਿਹੜੇ ਸਰਹੱਦ ਤੇ ਬੈਠੇ ਆ ਕੁਲੀ ਉਹਨਾਂ ਦਾ ਪਰਿਵਾਰ ਨਹੀਂ ਚੱਲ ਰਿਹਾ ਜਿਹੜੇ ਖਾਸ ਸੈਂਟਰਾਂ ਤੇ ਸਾਡੇ ਸਰਹੱਦ ਤੇ ਵਪਾਰ ਵੇਲੇ ਕੁਲੀ ਸੀ ਉਹਨਾਂ ਦਾ ਕਾਰੋਬਾਰ ਨਹੀਂ ਚੱਲ ਰਿਹਾ ਕਿੰਨੇ ਲੋਕ ਸੀ ਜਿਹੜੇ ਖੇਤੀਬਸਤਾਂ ਪਾਕਿਸਤਾਨ ਭੇਜਦੇ ਸੀ ਉਹਨਾਂ ਦਾ ਵਪਾਰ ਨਹੀਂ ਚੱਲ ਰਿਹਾ ਅੱਛਾ ਜਿਹੜੇ ਪਾਕਿਸਤਾਨ ਤੋਂ ਮੰਗਾਉਂਦੇ ਸੀ ਜਾਂ ਅਫਗਾਨਿਸਤਾਨ ਤੋਂ ਮੰਗਾਉਂਦੇ ਸੀ ਪਾਕਿਸਤਾਨ ਦੇ ਰਸਤੇ ਉਹ ਦੁਬਈ ਵਾਲੇ ਪਾਸਿਓਂ ਸਮਾਨ ਮੰਗਾਈ ਜਾਂਦੇ ਆ ਕਹਿੰਦੇ ਕਾਜੂ ਬਦਾਮ ਕਿਸ਼ਮਿਸ਼ ਹੋਰ ਬੜਾ ਕੁਝ ਆਉਂਦਾ ਹੈ ਅਫਗਾਨਿਸਤਾਨ ਤੋਂ ਬੜਾ ਮਹਿੰਗਾ ਹੋ ਗਿਆ ਇਸ ਕਰਕੇ ਸਿੱਧਾ ਵਪਾਰ ਹੈ ਜਿਹੜਾ ਮੈਨੂੰ ਲੱਗਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਜਿੱਦਣ ਗੱਲ ਪਹੁੰਚ ਗਈ ਨਾ ਉਹਨਾਂ ਨੇ ਉਸ ਦਿਨ ਸੋਚਣਾ ਵੀ ਭਾਈ ਮੈਂ ਵਪਾਰ ਖੋਲਣ ਬਾਰੇ ਗੰਭੀਰਤਾ ਦੇ ਨਾਲ ਸੋਚਾਂ ਔਰ ਪਾਰਲੀਮੈਂਟ ਦੀਆਂ ਚੋਣਾਂ 2024 ਚ 13 ਸੀਟਾਂ ਨੇ ਪੰਜਾਬ ਦੀਆਂ ਭਾਜਪਾ ਕੋਲੇ 2 ਨੇ ਤੇ ਜੇ ਹੁਣ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਪਾਸੇ ਧਿਆਨ ਨਾ ਦਿੱਤਾ ਤੇ ਫਿਰ ਬਹੁਤ ਵੱਡੀ ਚੁਣੌਤੀ ਚੌਵੀਂ ਚੈਤ ਕੀ ਬਣਨੀ ਹੈ ਕਿਉਂਕਿ ਕਿਹੜੀ ਵਾਲ ਤਾਂ ਪੰਜਾਬ ਦੇ ਵਿੱਚ ਪੂਰਾ ਸਰਗਰਮ ਹੈ ਭਗਵੰਤ ਮਾਨ ਵੀ ਪੂਰਾ ਸਰਗਰਮ ਹੈ ਉਹ ਗੱਲ ਵੱਖਰੀ ਹੈ ਕਿ ਸੱਤਾ ਚੋਂ ਤੋਂ ਬਾਅਦ ਜਿਹੜੀਆਂ ਪੋਲਿਟੀਕਲ ਪਾਰਟੀਆਂ ਨੇ ਉਹਨਾਂ ਦਾ ਲੋਕ ਮੁੱਦਿਆਂ ਤੇ ਧਿਆਨ ਘਟਦਾ ਹੈ ਤੇ ਭਾਸ਼ਣਾ ਤੇ ਧਿਆਨ ਵੱਧਦਾ ਹੈ ਪਰ ਦਿਵਾਲੀ ਇਹ ਜਿਹੜੀ ਮੈਂ ਜ਼ਿਕਰ ਕਰ ਰਿਹਾ ਮਨਦੀਪ ਜੀ ਕੀ ਅਜਿਹੇ ਸਾਰੇ ਲੋਕ ਜਿਹੜੇ ਬੇਰੁਜ਼ਗਾਰ ਹੋ ਗਏ ਜਿਨ੍ਹਾਂ ਦੇ ਕਾਰੋਬਾਰ ਮੱਠੇ ਪੈ ਗਏ ਫੌਜੀ ਸ਼ਹੀਦਾਂ ਦੇ ਪਰਿਵਾਰ ਨੇ ਬੰਦੀ ਸਿੰਘਾਂ ਦੇ ਪਰਿਵਾਰ ਨੇ ਹੁਣ ਪ੍ਰਧਾਨ ਮੰਤਰੀ ਸਾਹਿਬ ਨੇ ਬੜੇ ਪਵਿੱਤਰ ਦਿਨ ਗੁਰਪੁਰ ਵਾਲੇ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਵਾਲੇ ਦਿਨ ਐਲਾਨ ਕੀਤਾ ਸੀ ਕਿ ਬੰਦੀ ਸਿੰਘ ਰਿਹਾ ਕਰਾਂਗੇ ਬੰਦੀ ਛੋੜ ਦੇ ਵਸ ਲੰਘ ਗਿਆ ਕੱਲ ਫੇਰ ਕਿੰਨੇ ਵਰੇ ਹੋ ਗਏ ਹੁਣ ਪ੍ਰਧਾਨ ਮੰਤਰੀ ਬਾਰੇ ਤਾਂ ਭਾਜੀਪੀ ਦੇ ਲੀਡਰ ਕਹਿੰਦੇ ਨੇ ਮੋਦੀ ਹੈ ਤਾਂ ਸੰਭ 可能 ਹੈ ਤੇ ਬੰਦੀ ਸਿੰਘਾਂ ਦੇ ਮਾਮਲੇ ਚ ਕਿਹੜੀ ਰੁਕਾਵਟ ਹੈ ਇੱਕ ਲੀਡਰ ਦੀ ਮੈਂ ਭਾਜੀਪੀ ਦੀ ਤਾਰੀਫ ਕਰੂੰਗਾ ਆਰ ਪੀ ਸਿੰਘ ਉਹਨਾਂ ਦੇ ਬੁਲਾਰੇ ਨੇ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਨੇ ਵੀ ਕੱਲ ਦੀਵਾਲੀ ਨਹੀਂ ਮਨਾਈ। ਉਹਨਾਂ ਨੇ ਕੱਲ ਟਵੀਟ ਕਰਤਾ ਕਿ ਸਾਰੇ ਸੂਬਿਆਂ ਦੇ ਮੁੱਖ ਮੰਤਰੀ ਨੇ ਜਿਹੜੇ ਉਹ ਬੰਦੀ ਸਿੰਘਾਂ ਦੀ ਰਿਹਾਈ ਵਾਲੇ ਪਾਸੇ ਧਿਆਨ ਦੇਣ। ਹੁਣ ਮੈਨੂੰ ਇਹ ਵੀ ਪਤਾ ਲੱਗਿਆ ਕਿ ਕਹਿੰਦੇ ਪ੍ਰਧਾਨ ਮੰਤਰੀ ਨੇ ਜਦੋਂ ਐਲਾਨ ਕਰਤਾ ਮਨਦੀਪ ਜੀ ਕਿ ਬੰਦੀ ਸਿੰਘ ਅਸੀਂ ਰਿਹਾ ਕਰਾਂਗੇ ਉਸ ਤੋਂ ਬਾਅਦ ਸੂਬਿਆਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਕਹਿੰਦੇ ਦਿੱਲੀ 'ਚ ਕੇਜਰੀਵਾਲ ਸਾਹਿਬ ਰਿਹਾ ਕਰ ਸਕਦੇ ਨੇ। ਪੰਜਾਬ 'ਚ ਪੰਜਾਬ ਵਾਲੀ ਸਰਕਾਰ ਇਸੇ ਤਰ੍ਹਾਂ ਤਾਮਿਲਨਾਡੂ ਕਰਨਾਟਕਾ ਦੇਸ਼ ਦੇ ਵਿੱਚ ਜਿੱਥੇ ਜਿੱਥੇ ਸਰਕਾਰ ਹੈ ਜਿੱਥੇ ਜਿੱਥੇ ਬੰਦੀ ਸਿੰਘਾ ਹੈ ਸਿੰਘ ਨੇ ਉੱਥੋਂ ਦੀਆਂ ਸਰਕਾਰਾਂ ਬੰਦੀ ਸਿੰਘਾ ਦੀ ਰਿਹਾਈ ਕਰ ਸਕਦੀਆਂ ਨੇ ਵਿਧਾਨ ਸਭਾ ਦੇ ਵਿੱਚ ਮੰਤਰੀ ਮੰਡਲ ਦੇ ਵਿੱਚ ਕਾਨੂੰਨ ਪਾਸ ਕਰ ਸਕਦੀਆਂ ਨੇ ਗਵਰਨਰ ਨੂੰ ਸਿਫਾਰਿਸ਼ ਕਰ ਸਕਦੀਆਂ ਨੇ ਮੈਂ ਕਈ ਬੰਦਿਆਂ ਦਾ ਜ਼ਿਕਰ ਕਰਦਾ ਪੰਜਾਬ ਦੇ ਵਿੱਚ ਇੱਕ ਬੜਾ ਮਸ਼ਹੂਰ ਸੀ ਉਹਨੂੰ ਕਹਿੰਦੇ ਸੀ ਕਿ ਉਹ ਪੁਲਿਸ ਦਾ ਸੂਈਆ ਸੀ ਕਈ ਸਾਡੇ ਪੰਜਾਬੀ ਅਸੀਂ ਪਿੰਡਾਂ ਵਾਲੇ ਇਹ ਵੀ ਕਹਿ ਦਿੰਦੇ ਆ ਵੀ ਪੁਲਿਸ ਦਾ ਟਾਊਟ ਸੀ। ਕਈ ਕਹਿ ਦਿੰਦੇ ਵੀ ਉਹ ਪੁਲਿਸ ਦਾ ਸੂਈਆ ਸੀ ਵੀ ਪੁਲਿਸ ਨੂੰ ਸੂਹ ਦਿੰਦਾ ਸੀ। ਕਹਿੰਦੇ ਉਹ ਨੂੰ ਵੱਡੇ ਮਾਮਲੇ 'ਚ ਵਕਤ ਤੋਂ ਪਹਿਲਾਂ ਹੀ ਰਿਹਾਈ ਦੇਤੀ। ਫਿਰ ਦਿੱਲੀ 'ਚ ਦਿੱਲੀ 'ਚ ਕਈ ਵੱਡੇ ਕਾਤਲ ਸੀ। ਇੱਕ ਦੋ ਕਾਤਲ ਸੀ ਵੱਡੇ। ਉਹਨਾਂ ਨੂੰ ਵੀ ਸਰਕਾਰਾਂ ਨੇ ਰਿਹਾਈ ਦਿੱਤੀ ਭਾਵੇਂ ਉਹਨਾਂ ਦੀ ਸਜ਼ਾ ਪੂਰੀ ਹੋ ਗਈ ਸੀ ਤੇ ਬੰਦੀ ਸਿੰਘਾਂ ਦੇ ਮਾਮਲੇ 'ਚ ਕਹਿੰਦੇ ਸੋਚੀ ਜਾਂਦੀਆਂ ਸਰਕਾਰਾਂ ਤੇ ਭਾਜਪਾ ਦੇ ਲੀਡਰ ਆਰ.ਪੀ. ਸਿੰਘ ਬੁਲਾ ਰਹੇ ਨੇ ਉਹਨਾਂ ਨੇ ਫੇਰ ਕਿਹਾ ਮੁੱਖ ਮੰਤਰੀਆਂ ਨੂੰ ਸਾਰਿਆਂ ਨੂੰ ਸੋ ਇਸ ਪਾਸੇ ਜ਼ਰੂਰ ਧਿਆਨ ਦੇਣ ਦੀ ਲੋੜ ਹੈ ਔਰ ਕੱਲ ਪੰਜਾਬ 'ਚ ਵੀ ਬੰਦੀ ਸਿੰਘਾਂ ਨਾਲ ਜੁੜੇ ਪਰਿਵਾਰਾਂ ਨੇ ਦੀਵਾਲੀ ਨਹੀਂ ਮਨਾਈ ਧਾਰਮਿਕ ਰੀਤੀ ਰਿਵਾਜਾਂ ਨਾਲ ਦੀਵਾਲੀ ਮਨਾਈ ਪਾਠ ਪੂਜਾ ਕੀਤੀ ਗੁਰਦੁਆਰਾ ਸਾਹਿਬ ਗਏ ਪਰ ਉਹ ਖੁਸ਼ੀਆਂ ਖੇੜੇ ਨਹੀਂ ਹੋਏ ਜਿਹੜੀ ਮਨਜ਼ੂਰੀ ਸੀ 2 ਘੰਟੇ ਪਟਾਕੇ ਚਲਾਉਣ ਦੀ ਬਹੁਤੇ ਪਰਿਵਾਰਾਂ ਨੇ ਚਲਾਏ ਹੀ ਨਹੀਂ ਸੋ ਇਸ ਕਰਕੇ ਉਹਨਾਂ ਸਾਰਿਆਂ ਦੀ ਦੀਵਾਲੀ ਮੈਂ ਕਹੂੰਗਾ ਧਾਰਮਿਕ ਪੱਖੋਂ ਤਾਂ ਅਸਥਾਲੀ ਦੀਵਾਲੀ ਸੀ ਪਰ ਖੁਸ਼ੀਆਂ ਤੇ ਜੋਸ਼ ਜਸ਼ਨ ਦੇ ਪੱਖੋਂ ਉਹ ਫਿੱਕੀ ਦੀਵਾਲੀ ਸੀ ਉਹਨਾਂ ਦੀ ਸੋ ਇਸ ਤਰੀਕੇ ਨਾਲ ਕੱਲ ਦੀ ਦੀਵਾਲੀ ਆ ਜਿਹੜੀ ਲੰਗੀ ਬਹੁਤ ਸਾਰੇ ਲੋਕ ਰਾਤ ਤੱਕ ਵੀ ਭੁੱਖਣ ਭਾਰੇ ਸੜਕਾਂ ਦੇ ਉੱਤੇ ਮੈਂ ਵੇਖੇ ਮਨਦੀਪ ਦਲਜੀਤੁਰ ਕੇਂਦਰ ਸਰਕਾਰ ਨੇ ਸੋਨੀਆ ਗਾਂਧੀ ਦੀ ਐਨ ਜੀਓ ਦੇ ਦੋ ਐਨ ਜੀਓ ਦੇ ਲਾਇਸੈਂਸ ਰੱਦ ਕਰਤੇ ਇਹ ਪੂਰਾ ਮਾਮਲਾ ਕੀ ਹੈ ਮਨੀਬ ਜੀ ਕੇਂਦਰ ਸਰਕਾਰ ਵੱਲੋਂ ਦੋ ਐਨ ਜੀਓਜ਼ ਦੇ ਲਾਇਸੈਂਸ ਰੱਦ ਕੀਤੇ ਗਏ ਨੇ ਜਿਵੇਂ ਤੁਸੀਂ ਸਵਾਲ ਕੀਤਾ ਇੱਕ ਤਾਂ ਹੈਗੀ ਆ ਰਜੀਵ ਗਾਂਧੀ ਫਾਊਂਡੇਸ਼ਨ ਜੀ ਔਰ ਦੂਸਰੀ ਹੈਗੀ ਰਜੀਵ ਗਾਂਧੀ ਚੈਰੀਟੇਬਲ ਟਰਸਟ ਸੋ ਮੈਨੂੰ ਲੱਗਦਾ ਹੈ ਇਹ ਕਾਂਗਰਸ ਪਾਰਟੀ ਲਈ ਵੀ ਬਹੁਤ ਵੱਡਾ ਝਟਕਾ ਹੈ ਉਹਨਾਂ ਦੇ ਸਾਬਕਾ ਪ੍ਰਧਾਨ ਮੰਤਰੀ ਸੀ ਰਜੀਵ ਗਾਂਧੀ ਔਰ ਮੈਨੂੰ ਲੱਗਦਾ ਹੈ ਕੀ ਆਉਂਦੇ ਦਿਨਾਂ 'ਚ ਇਸ ਮਾਮਲੇ ਦੇ ਵਿੱਚ ਹੋਰ ਜਾਂਚ ਵੀ ਹੋ ਸਕਦੀ ਹੈ ਔਰ ਇਹਦੇ ਤੇ ਸਿਆਸਤ ਵੀ ਪੱਕ ਸਕਦੀ ਹੈ ਹੁਣ ਐਫਸੀਆਰਏ ਆ ਇੱਕ ਫੋਰਨ ਕਰੰਸੀ ਰੈਗੂਲੇਸ਼ਨ ਐਕਟ ਅਸਲ 'ਚ ਦੋਵੇਂ ਫਾਊਂਡੇਸ਼ਨਾਂ ਦੇ ਜਿਹੜੇ ਪ੍ਰਧਾਨ ਨੇ ਉਹ ਬੀਬੀ ਸੋਨੀਆ ਗਾਂਧੀ ਨੇ ਜਿਹੜੇ ਐਕਟਿੰਗ ਪ੍ਰਧਾਨ ਨੇ ਕਾਂਗਰਸ ਦੇ ਔਰ ਇਸ ਤੋਂ ਇਲਾਵਾ ਕਈ ਸਾਬਕਾ ਲੀਡਰ ਕਾਂਗਰਸ ਦੇ ਵੱਡੇ ਵੱਡੇ ਸਾਬਕਾ ਪ੍ਰਧਾਨ ਮੰਤਰੀ ਕਈ ਸਾਬਕਾ ਮੰਤਰੀ ਕਾਂਗਰਸ ਦੇ ਉਹ ਵੀ ਇਹਨਾਂ ਦੇ ਟਰਸਟੀ ਸੀ ਹੁਣ ਕੇਂਦਰ ਸਰਕਾਰ ਨੇ 2020 ਚ ਇਹਦੀ ਜਾਂਚ ਆਰੰਭੀ ਸੀ ਔਰ 2 ਸਾਲ ਬਾਅਦ ਦੀਵਾਲੀ ਤੋਂ ਇੱਕ ਦਿਨ ਪਹਿਲਾਂ 2 ਦਿਨ ਪਹਿਲਾਂ ਵੱਡਾ ਝਟਕਾ ਜਿਹੜਾ ਹੈ ਉਹ ਕਾਂਗਰਸ ਪਾਰਟੀ ਨੂੰ ਔਰ ਬੀਬੀ ਸੋਨੀਆ ਗਾਂਧੀ ਨੂੰ ਦਿੱਤਾ ਹੁਣ ਇਹ ਚ ਹੋਇਆ ਕੀ ਹੈ ਇਹਦੇ 'ਚ ਇਲਜ਼ਾਮ ਕੀ ਸੀ ਇਲਜ਼ਾਮ ਹੈ ਸੀਵੀ ਜਿਹੜਾ ਰਜੀਵ ਗਾਂਧੀ ਫਾਊਂਡੇਸ਼ਨ ਹੈ ਤੇ ਰਜੀਵ ਗਾਂਧੀ ਚੈਰੀਟੇਬਲ ਟਰਸਟ ਹੈ ਜਿਹੜਾ ਇਹਨਾਂ ਦੇ ਵਿੱਚ ਚੰਦਾ ਆਉਂਦਾ ਸੀ ਉਹ ਚੰਦਾ ਕਿਤੇ ਨਾ ਕਿਤੇ ਜਦੋਂ ਇਨਕਮ ਟੈਕਸ ਦੀਆਂ ਰਿਟਰਨਾਂ ਭਰੀਆਂ ਗਈਆਂ ਉਨ੍ਹਾਂ ਦੇ ਵਿੱਚ ਮੁਕੰਮਲ ਤੌਰ ਤੇ ਦਿਖਾਇਆ ਨਹੀਂ ਗਿਆ ਕਿਤੇ ਨਾ ਕਿਤੇ ਚੰਦੇ ਦੇ ਆਦਾਨ ਪ੍ਰਦਾਨ ਦੇ ਵਿੱਚ ਟਰਾਂਸਪੇਰੈਂਸੀ ਨਹੀਂ ਸੀ ਔਰ ਜਿਹੜੀ ਏਜੰਸੀ ਜਾਂਚ ਕਰ ਰਹੀ ਸੀ ਉਹਨੇ ਇਹਨੂੰ ਸ਼ੱਕ ਦੇ ਘੇਰੇ ਚ ਲਿਆਂਦਾ ਇਸੇ ਕਰਕੇ ਐਫਸੀਆਰਏ ਲਾਇਸੈਂਸ ਸੋ ਫੋਰਨ ਕਰੰਸੀ ਰੈਗੂਲੇਸ਼ਨ ਐਕਟ ਕਾਨੂੰਨ ਦੇ ਤਹਿਤ ਇਹਨਾਂ ਦੋਨਾਂ ਐਨਜੀਓ ਦੀ ਜਿਹੜੀ ਲਾਇਸੈਂਸ ਨੇ ਜਿਹੜੀ ਮਾਨਤਾ ਹੈ ਉਹ ਰੱਦ ਕਰ ਦਿੱਤੀ ਗਈ ਹੈ ਹੁਣ ਇਹਨਾਂ ਐਨਜੀਓਜ਼ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਿਹੜਾ ਚੰਦਾ ਉਦਾ ਆਦਾਨ ਪ੍ਰਦਾਨ ਨਹੀਂ ਹੋ ਸਕੇਗਾ ਮੇਰੀ ਜਾਣਕਾਰੀ ਦੇ ਮੁਤਾਬਕ ਔਰ ਇਹ ਕਾਂਗਰਸ ਪਾਰਟੀ ਨੂੰ ਬਹੁਤ ਵੱਡਾ ਝਟਕਾ ਹੈ ਔਰ ਮੈਨੂੰ ਲੱਗਦਾ ਇਸ ਇਸ ਨੂੰ ਹੁਣ ਇੱਕ ਸਿਆਸੀ ਮੁੱਦਾ ਵੀ ਆਉਂਦੇ ਦਿਨਾਂ ਚ ਬਣਾਇਆ ਜਾਏਗਾ ਜਿਵੇਂ ਉਹ ਇੱਕ ਅਖਬਾਰ ਵਾਲਾ ਮਸਲਾ ਚੱਲਦਾ ਹੈ ਮੈਨੂੰ ਲੱਗਦਾ ਹੁਣ ਭਾਰਤੀ ਜਨਤਾ ਪਾਰਟੀ ਪੋਲੀਟੀਕਲ ਮੰਚਾਂ ਤੇ ਗੁਜਰਾਤ ਦੇ ਵਿੱਚ ਵੀ ਮੈਨੂੰ ਲੱਗਦਾ ਆਉਂਦੇ ਦਿਨਾਂ ਚ ਇਸ ਗੱਲ ਦੇ ਉੱਤੇ ਹੁਣ ਬੀਜੇਪੀ ਦੇ ਲੀਡਰ ਅਟੈਕ ਕਰਨਗੇ ਕਾਂਗਰਸ ਪਾਰਟੀ ਤੇ ਵੀ ਦੇਖੋ ਇਹਨਾਂ ਦੇ ਐਨਜੀਓ ਦੇ ਵਿੱਚ ਜਿਹੜਾ ਚੰਦੇ ਦਾ ਆਦਾਨ ਪ੍ਰਦਾਨ ਸੀ ਉਹ ਸ਼ੱਕੀ ਸੀ ਹਾਲਾਂਕਿ ਇਹ ਮੈਂ ਕਹਿ ਰਿਹਾ ਉਹ ਸ਼ੱਕੀ ਸੀ ਇਹਨਾਂ ਨੇ ਤਾਂ ਕਹਿਣਾ ਹੈ ਕਿ ਗਲਤਦਾਨ ਪ੍ਰਦਾਨ ਕੀਤਾ ਜਿਹੜੇ ਸਿਆਸੀ ਲੀਡਰ ਨੇ ਸੋ ਕਾਂਗਰਸ ਲਈ ਆਉਂਦੇ ਦਿਨਾਂ ਦੇ ਵਿੱਚ ਇੱਕ ਵਾਰੀ ਫੇਰ ਭਾਜਪਾ ਵੱਲੋਂ ਕਰਪਸ਼ਨ ਦੇ ਅਲੀਗੇਸ਼ਨ ਲਾਏ ਜਾਣਗੇ ਔਰ ਇਹ ਜਿਹੜੀ ਸਿਆਸਤ ਹੈ ਆਉਂਦੇ ਦਿਨਾਂ ਦੇ ਵਿੱਚ ਹੋਰ ਪੱਕੇਗੀ ਹੁਣ ਕਾਂਗਰਸ ਕੀ ਇਹ ਜਿਹੜੇ ਲਾਇਸੈਂਸ ਰੱਦ ਕੀਤੇ ਗਏ ਨੇ ਇਹਨਾਂ ਮਾਮਲਿਆਂ ਨੂੰ ਅਦਾਲਤ 'ਚ ਚੈਲੰਜ ਕਰੇਗੀ ਕੀ ਕਾਂਗਰਸ ਆਪਣੇ ਵੱਲੋਂ ਕੋਈ ਕਾਨੂੰਨੀ ਕਾਰਵਾਈ ਕਰੇਗੀ ਇਹ ਆਉਂਦੇ ਦਿਨਾਂ ਦੇ ਵਿੱਚ ਸਾਹਮਣੇ ਆਏਗਾ ਕਿ ਬੀਬੀ ਸੋਨੀਆ ਗਾਂਧੀ ਇਸ ਮਾਮਲੇ ਦੇ ਵਿੱਚ ਕੀ ਕਰਦੀ ਨੇ ਸੋਨਲਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਇਹਨਾਂ ਅਹਿਮ ਸਵਾਲਾਂ ਦੀ ਪੜਤਾਲ ਕੀਤੀ ਹੈ ਸੋ ਦਰਸ਼ਕਾਂ ਤੋਂ ਇਹ ਇਜਾਜ਼ਤ ਲੈਂਦੇ ਆਂ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਮਨਜੀਤ